ਹਸਪਤਾਲ ਵਿੱਚ ਪਈ ਮਾਂ ਨੇ ਕੀਤੇ ਆਪਣੀ ਧੀ ਦੇ ਸ਼ਗਨ, ਵੀਡੀਓ ਦੇਖ ਕੇ ਹਰ ਕੋਈ ਰੋ ਪਿਆ। ਦੋਸਤੋ, ਅਕਸਰ ਹੀ ਹਰ ਇੱਕ ਮਾਂ ਪਿਓ ਨੂੰ ਆਪਣੇ ਧੀ ਪੁੱਤ ਦੇ ਵਿਆਹ ਦਾ ਬਹੁਤ ਹੀ ਚਾਅ ਹੁੰਦਾ ਏ, ਪਰ ਹੁਣ ਇੱਕ ਮਾਂ ਧੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਹਸਪਤਾਲ ਵਿੱਚ ਦਾਖਲ ਹੈ ਅਤੇ ਉਸ ਦੇ ਕੋਲ ਇੱਕ ਕੁੜੀ ਖੜੀ ਦਿਖਾਈ ਦੇ ਰਹੀ ਏ। ਦਰਅਸਲ ਇਹ ਦੋਵੇਂ ਮਾਂ ਧੀ ਨੇ ਅਤੇ ਹਸਪਤਾਲ ਵਿੱਚ ਦਾਖਲ ਮਾਂ ਆਪਣੀ ਧੀ ਦੇ ਰੋਕੇ ਦਾ ਸ਼ਗਨ ਕਰ ਰਹੀ ਏ ਅਤੇ ਆਪਣੀ ਧੀ ਅਤੇ ਹੋਣ ਵਾਲੇ ਜਮਾਈ ਨੂੰ ਆਸ਼ੀਰਵਾਦ ਦੇ ਰਹੀ ਏ। ਸੋ ਇਹ ਪਲ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਏ, ਕਿਉਂਕਿ ਜੇਕਰ ਇਹ ਮਾਂ ਠੀਕ ਹੁੰਦੀ ਤਾਂ ਪਤਾ ਨਹੀਂ ਆਪਣੀ ਧੀ ਦੇ ਰੋਕੇ ਵਿੱਚ ਇਸਨੇ ਕਿੰਨੇ ਚਾਵਾਂ ਨਾਲ ਸ਼ਗਨ ਕਰਨੇ ਸੀ ਅਤੇ ਪਤਾ ਨਹੀਂ ਖੁਸ਼ੀ ਵਿੱਚ ਹੋਰ ਕੀ ਕੁਝ ਕਰਨਾ ਸੀ। ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਸਮਾਂ ਬੜਾ ਬਲਵਾਨ ਹੁੰਦਾ ਏ, ਕਿਉਂਕਿ ਬੰਦਾ ਕੁਝ ਹੋਰ ਸੋਚਦਾ ਹੈ ਪਰ ਪਰਮਾਤਮਾ ਕੁਝ ਹੋਰ ਕਰ ਦਿੰਦਾ ਏ। ਇਹ ਨਹੀਂ ਪਤਾ ਹੁੰਦਾ ਕਿ ਕਦੋਂ ਕਿੱਥੇ ਕਿਵੇਂ ਕੀ ਹੋ ਜਾਣਾ ਏ। ਸੋ ਹਰ ਵੇਲੇ ਆਪਣੇ ਪਰਿਵਾਰ ਨਾਲ ਰਹਿ ਕੇ ਹੱਸਦੇ ਮੁਸਕਰਾਉਂਦੇ ਰਹੋ, ਕਿਉਂਕਿ ਕੁਝ ਨਹੀਂ ਪਤਾ ਕਿ ਜ਼ਿੰਦਗੀ ਦਾ ਕਿਹੜਾ ਪਲ ਆਖਰੀ ਯਾਦ ਬਣ ਜਾਣਾ ਏ। ਸੋ ਆਪਣੇ ਪਰਿਵਾਰਾਂ ਦੀ ਲੰਮੀ ਉਮਰ ਲਈ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।